ਰੱਖੀ ਗਈ ਹੈ ਜੀ, ਕੀ ਹੈਗਾ ਜੀ ਅੱਜ ਦਾ ਮਾਮਲਾ? ਕੱਲ੍ਹ ਸ਼ਾਮੀ ਰਾਤ ਮਤਲਬ 9 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀ ਕਿ ਚਾਵਾ ਰੋਡ 'ਤੇ ਇੱਕ ਬਿੱਟੂ ਚਿਕਨ ਕਾਰਨਰ ਹੈ ਅਤੇ ਉਹਦੇ ਬਾਹਰ ਜਿਹੜੀ ਆ ਫਾਇਰਿੰਗ ਹੋਈ ਹੈ। ਤਾਂ ਉਸ ਗੱਲ ਨੂੰ ਲੈ ਕੇ ਸਾਡੇ ਮਾਣਯੋਗ ਐਸ ਐਸ ਪੀ ਸਾਹਿਬ ਦੇ ਵੀ ਮੈਨੂੰ ਅਤੇ ਐਸ ਐਚ ਓ ਨਿਸ਼ਾਦਰ ਦੇ ਆਏ ਸੀ, ਕਿਉਂਕਿ ਅੱਜ ਕੱਲ੍ਹ ਅਸਲਾ ਲੈ ਕੇ ਚੱਲਣ 'ਤੇ ਮਨਾਹੀ ਹੈ ਪੰਜਾਬ ਦੇ ਵਿੱਚ। 144 CRPC ਆਲਮੋਸਟ ਜ਼ਿਲ੍ਹਿਆਂ 'ਚ ਲੱਗੀ ਹੋਈ ਹੈ, ਅਤੇ ਜਦੋਂ ਜਿਹਨੂੰ ਆਪਾਂ ਧਾਰਾ 44 ਸ਼ੋਰਟ 'ਚ ਕਹਿ ਦਿੰਦੇ ਹਾਂ ਉਹ ਲੱਗੀ ਹੋਈ ਹੈ, ਉਹਦੇ ਲੱਗਿਆਂ ਕੋਈ ਵੀ ਵਿਅਕਤੀ ਜਿਹੜਾ ਅਸਲਾ ਕੈਰੀ ਨਹੀਂ ਕਰ ਸਕਦਾ, ਇਹ ਉਸ ਸੈਕਸ਼ਨ ਦੇ ਅਧੀਨ ਹੀ ਆਉਂਦਾ। ਤਾਂ ਉਹ ਜਦੋਂ ਮੈਸੇਜ ਮਿਲਿਆ ਤਾਂ ਮੁੱਖ ਅਫਸਰ ਭਿੰਦਰ ਸਿੰਘ ਆਪਣੀ ਟੀਮ ਦੇ ਨਾਲ ਜਿਹੜਾ ਮੌਕੇ 'ਤੇ ਪਹੁੰਚਿਆ, ਤਾਂ ਉੱਥੇ ਜਾ ਕੇ ਜਦੋਂ ਸਾਰਾ ਤਸਦੀਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਇੱਕ ਜਿਹੜਾ ਹੈਗਾ ਉੱਥੇ ਬਿੱਟੂ ਚਿਕਨ ਕਾਰਨਰ ਆ, ਉਹਦੇ ਅੰਦਰ ਇੱਕ ਚੰਡੀਗੜ੍ਹ ਰੋਡ ਦਾ ਰਹਿਣ ਵਾਲਾ ਬਲਜੀਤ ਸਾਨੂੰ ਕਸ਼ਮੀਰਾ, ਉਹਦੇ ਕੱਲ੍ਹ ਬਰਡੇ ਦੀ ਇਹਨਾਂ ਨੇ ਜਸ਼ਨ ਪਾਰਟੀ ਕਰਨ ਲਈ ਉੱਥੇ ਇਕੱਠੇ ਹੋਏ ਸੀ ਬਿੱਟੂ ਚਿਕਨ ਕਾਰਨਰ। ਤਾਂ ਉੱਥੋਂ ਇਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਜਿਹੜਾ ਉੱਥੇ ਚਿਕਨ ਵਗੈਰਾ ਖਾਧਾ, ਕੇਕ ਕੱਟਿਆ। ਉਸ ਤੋਂ ਮਗਰੋਂ ਇਹ ਜਗਦੀਪ ਜਿਹੜਾ ਹੈਗਾ ਇਹ ਪਲੱਸ ਇਹਦੇ ਨਾਲ ਗੁਰਦੀਪ ਦੀਪੀ ਇਹ ਦੋਨੇ ਚਿਕਨ ਕਾਰਨਰ ਤੋਂ ਬਾਹਰ ਨਿਕਲੇ। ਤਾਂ ਜਗਦੀਪ ਦੇ ਕੋਲ ਜਿਹੜਾ ਆਪਣਾ ਸਰਵਿਸ ਲਾਇਸੈਂਸ ਸੀ, ਰਿਵਾਲਵਰ ਸੀ, ਜਿਹਦੇ ਨਾਲ ਇਹਨਾਂ ਦੋਨਾਂ ਨੇ ਚਿਕਨ ਕਾਰਨਰ ਦੇ ਬਾਹਰ ਖੜ ਕੇ 2 ਫਾਇਰ ਕੀਤੇ। ਬੇਹੱਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚਾਵਾ ਰੋਡ 'ਤੇ ਜਿੱਥੇ ਬਿੱਟੂ ਚਿਕਨ ਕਾਰਨਰ ਆ ਉੱਥੇ ਆਮ ਲੋਕਾਂ ਦੀ ਆਵਾਜਾਈ ਵੀ ਹੈ ਅਤੇ ਚਿਕਨ ਕਾਰਨਰ 'ਤੇ ਲੋਕ ਚਿਕਨ ਵਗੈਰਾ ਲੈਣ ਵੀ ਜਾਂਦੇ ਨੇ। ਉਹ ਇੰਨਾ ਚੰਗਾ ਹੋਇਆ ਕਿ ਕਿਸੇ 'ਤੇ ਗੋਲੀ ਲੱਗੀ ਨਹੀਂ, ਫਾਇਰ ਜਿਹੜੇ ਨੇ ਦੋਨੇ ਹਵਾ 'ਚ ਹੋਏ। ਤਾਂ ਇਸ ਗੱਲ ਨੂੰ ਲੈ ਕੇ ਮੌਕੇ 'ਤੇ ਜਾ ਕੇ ਮੁੱਖ ਅਫਸਰ ਨੇ ਕੱਲ੍ਹ ਮੁਕੱਦਮਾ ਨੰਬਰ 73 ਜਿਹੜਾ ਅੰਡਰ ਸੈਕਸ਼ਨ 336, 25, 27, 53, 59 ਤਾਂ 188 IPC ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ। ਮੁਕੱਦਮਾ ਦਰਜ ਕਰਕੇ ਰਾਤ CCTV ਦੀ ਫੁਟੇਜ ਜਿਹੜੀ ਆ ਉਹ ਸਾਰੀ ਖੰਗਾਲੀ ਗਈ ਪੁਲਿਸ ਪਾਰਟੀ ਵੱਲੋਂ, ਔਰ CCTV ਦੀ ਫੁਟੇਜ ਤੋਂ ਇਹ ਜਿਹੜੇ ਦੋਨੇ ਵਿਅਕਤੀ ਨੇ ਬਲਜੀਤ ਗੁਰਦੀਪ ਅਤੇ ਜਗਦੀਪ ਇਹਨਾਂ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ। ਤਾਂ ਇਹ ਰਿਵਾਲਵਰ ਜਿਹੜਾ ਪਿਸਟਲ ਹੈ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਕੋਲੋਂ ਬਰਾਮਦ ਕਰ ਲਿਆ, ਔਰ ਇਹ 2 ਖੋਲ ਨੇ ਜਿਹੜੇ ਮੌਕੇ 'ਤੇ ਫਾਇਰ ਕੀਤੇ ਸੀ। ਇਹ ਮੌਕੇ ਤੋਂ ਸਾਡੀ ਪੁਲਿਸ ਪਾਰਟੀ ਨੂੰ ਉੱਥੇ ਮਿਲੇ ਨੇ, ਇਹ ਕਬਜ਼ੇ 'ਚ ਲੈ ਲਏ। ਕਬਜ਼ੇ 'ਚ ਲੈ ਕੇ ਇਹਨਾਂ 'ਤੇ ਮੁਕੱਦਮਾ ਦਰਜ ਕਰਕੇ ਰਾਤ ਹੀ ਗ੍ਰਿਫਤਾਰੀ ਪਾ ਲਈ ਸੀ। ਇਹਦੇ ਨਾਲ ਨਾਲ ਮੈਂ ਇਹ ਆਪਣੇ ਜ਼ਰੀਏ SSP ਸਾਹਿਬ ਦਾ ਇੱਕ ਸੰਦੇਸ਼ ਸਾਰੇ ਨਿਵਾਸੀਆਂ ਨੂੰ ਜਿਹੜੇ ਸਪੈਸ਼ਲੀ ਖੰਨਾ ਜ਼ਿਲ੍ਹੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਦੇਣਾ ਚਾਹੂੰਗਾ ਕਿ ਆਪਣੇ ਜ਼ਿਲ੍ਹੇ ਵਿੱਚ ਵੀ 144 CRPC ਲੱਗੀ ਹੋਈ ਹੈ, ਤਾਂ ਕੋਈ ਵੀ ਵਿਅਕਤੀ ਹੌਸਲਾ ਲੈ ਕੇ ਚੱਲ ਫਿਰ ਨਹੀਂ ਸਕਦਾ, ਔਰ ਫਾਇਰ ਕਰਨਾ ਤਾਂ ਦੂਰ ਦੀ ਗੱਲ। ਇਸ ਕਰਕੇ ਕੋਈ ਵੀ ਵਿਅਕਤੀ ਇਹਨਾਂ ਦਿਨਾਂ ਵਿੱਚ ਜਿੱਦਾਂ ਇਹਨਾਂ ਨੇ ਕੱਲ੍ਹ ਕੀਤਾ, ਜੇ ਕਿਸੇ ਹੋਰ ਨੇ ਕੀਤਾ ਤਾਂ ਮੁਕੱਦਮਾ ਦਰਜ ਹੋ ਕੇ ਜੇਲ੍ਹ ਤਾਂ ਉਹਨਾਂ ਨੇ ਜਾਣਾ ਹੀ ਹੈ, ਇਹਨਾਂ ਦਾ ਨਾਲ ਹੀ ਅਸੀਂ ਜਿਹੜਾ ਅੱਜ ਆ ਲਾਇਸੈਂਸ ਉਹ ਵੀ ਕੈਂਸਲ ਕਰ ਰਹੇ ਹਾਂ। ਤਾਂ ਜਦੋਂ ਲਾਇਸੈਂਸ ਕੈਂਸਲ ਹੋ ਗਿਆ ਤਾਂ ਇਹ ਰਿਵਾਲਵਰ ਆਟੋਮੈਟਿਕਲੀ ਜਮ੍ਹਾਂ ਹੋ ਜਾਂਦਾ। ਇਸ ਕਰਕੇ ਸਾਰਿਆਂ ਨੂੰ ਮੈਂ ਅਪੀਲ ਵੀ ਕਰੂੰਗਾ, ਸੰਦੇਸ਼ ਵੀ ਦਊਂਗਾ ਕਿ ਲਾਅ ਐਂਡ ਆਰਡਰ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਨਾ ਆਪਣਾ ਅਸਲਾ ਕੈਰੀ ਕਰੋ, ਔਰ ਨਾ ਹੀ ਇੱਦਾਂ ਬਿਨਾਂ ਵਜ੍ਹਾ ਬਿਨਾਂ ਕਿਸੇ ਗੱਲ 'ਤੇ ਜਿਹੜੇ ਇੱਕ ਆਪਣੀ ਫੋਕੀ ਸ਼ੋਹਰਤ ਦਿਖਾਉਣ ਲਈ ਕਿ ਮੇਰੇ ਕੋਲ ਅਸਲਾ, ਜਾਂ ਮਤਲਬ ਮੈਨੂੰ ਕਿਸੇ ਦਾ ਡਰ ਨਹੀਂ, ਜੇ ਕੋਈ ਵੀ ਅਜਿਹਾ ਕਰੂਗਾ ਇਹ ਨਾ ਕਰੋ, ਜੇ ਕੋਈ ਕਰੂਗਾ ਤਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਜਿਹੜੀ ਆ ਕਰਨ ਤੋਂ ਬਿਲਕੁਲ ਗੁਰੇਜ਼ ਨਹੀਂ ਕੀਤੀ।